ਇੱਕ ਰਿਹਾਇਸ਼ੀ ਇਲਾਕੇ ਜਦੋਂ ਸਨਸਨੀ ਫੈਲ ਗਈ ਜਦੋਂ ਘਰ ਦੇ ਬਾਹਰ ਹਮਲਾਵਰ ਆਏ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਘਰ ਦੇ ਅੰਦਰ ਮਾਵਾਂ ਧੀਆਂ ਸੁੱਤੀਆਂ ਹੋਈਆਂ ਸਨ ਜਿਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਹਮਲੇ ਦੇ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਨਜ਼ਰ ਆਉਂਦੀ ਹੈ ਜੋ ਪਹਿਲਾਂ ਘਰ ਦੇ ਮੂਹਰਿਓਂ ਲੰਘ ਜਾਂਦੀ ਹੈ, ਅੱਗੇ ਜਾਂਦੀ ਹੈ, ਮੋੜ ਕੱਟਦੀ ਹੈ ਤੇ ਫਿਰ ਵਾਪਸ ਆਉਂਦੇ ਨੇ। ਵਾਪਸ ਆ ਕੇ ਇਸ ਗੇਟ ਦੇ ਅੱਗੇ ਗੱਡੀ ਖੜੀ ਕਰਕੇ ਗੱਡੀ ਦੇ ਵਿੱਚੋਂ ਹੀ ਬੈਠੇ ਇੱਕ ਸ਼ਖਸ ਦੇ ਵੱਲੋਂ ਰਿਵਾਲਵਰ ਬਾਹਰ ਕੱਢਿਆ ਜਾਂਦਾ ਹੈ ਅਤੇ ਤਿੰਨ ਫਾਇਰ ਕਰਦੇ ਹੋਏ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਤੋਂ ਬਾਅਦ ਇਲਾਕਾ ਵਾਸੀ ਵੀ ਹੈਰਾਨ ਹੋ ਗਏ ਅਤੇ ਉਹਨਾਂ ਦੀ ਵੀ ਨੀਂਦ ਖੁੱਲ ਗਈ। ਉੱਧਰ ਘਰ ਦੇ ਅੰਦਰ ਮੌਜੂਦ ਮਾਵਾਂ ਧੀਆਂ ਦੀਆਂ ਵੀ ਚੀਕਾਂ ਨਿਕਲ ਗਈਆਂ, ਕੁਝ ਗੋਲੀਆਂ ਘਰ ਦੇ ਅੰਦਰ ਵੀ ਲੱਗੀਆਂ ਨੇ। ਦਰਅਸਲ ਇਸ ਘਰ ਦਾ ਨੌਜਵਾਨ ਪੁੱਤ ਜੋ ਕਿ ਅਮਰੀਕਾ ਗਿਆ ਹੋਇਆ ਹੈ ਉਹ ਕਿਸੇ ਕੰਪਨੀ 'ਚ ਕੰਮ ਕਰਦਾ ਹੈ। ਅਮਰੀਕਾ ਦੀ ਕੰਪਨੀ ਦੇ ਵੱਲੋਂ ਉਸਨੂੰ ਪੈਸੇ ਨਹੀਂ ਦਿੱਤੇ ਜਾਂਦੇ ਜਿਸ ਕਰਕੇ ਉਸਦੇ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ। ਇੱਥੇ ਨਾ ਮਾਵਾਂ ਧੀਆਂ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਵੀ ਇਹ ਹਮਲਾਵਰ ਆਏ ਸਨ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਉਹਨਾਂ ਨੂੰ ਪਿਸਤੌਲ ਤਾਨ ਕੇ ਧਮਕੀ ਦਿੰਦੇ ਨੇ ਤੇ ਕਹਿੰਦੇ ਨੇ ਕਿ ਆਪਣੇ ਪੁੱਤ ਨੂੰ ਫੋਨ ਲਗਾਓ ਅਤੇ ਉਸਨੂੰ ਕਹੋ ਕਿ ਵੀਡੀਓ ਡਿਲੀਟ ਕਰ ਦੇ। ਮਾਂ ਦੇ ਵੱਲੋਂ ਵੀ ਸਮਝਾਇਆ ਜਾਂਦਾ ਹੈ ਕਿ ਤੁਸੀਂ ਪੁੱਤ ਨੂੰ ਆਪੇ ਕਹਿ ਲਓ, ਜੇ ਤੁਸੀਂ ਪੈਸੇ ਦੇ ਦਿੰਦੇ ਹੋ ਤਾਂ ਉਹ ਵੀਡੀਓ ਵੀ ਡਿਲੀਟ ਕਰ ਦੇਗਾ, ਉਹਦੀ ਮਿਹਨਤ ਦੀ ਕਮਾਈ ਹੈ। ਇਸੇ ਗੱਲ ਤੋਂ ਬਾਅਦ ਹੀ ਇਹ ਹਮਲਾਵਰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਹੁਣ ਇਹ ਹਮਲਾ ਕਰਦੇ ਹੋਏ ਨਜ਼ਰ ਆਉਂਦੇ ਨੇ। ਮਾਵਾਂ ਧੀਆਂ ਦਾ ਕਹਿਣਾ ਹੈ ਕਿ ਉਹੀ ਲੋਕ ਹੋ ਸਕਦੇ ਨੇ ਹਮਲਾ ਕਰਨ ਵਾਲੇ ਜਿਨ੍ਹਾਂ ਤੋਂ ਮੇਰੇ ਪੁੱਤ ਨੇ ਪੈਸੇ ਲੈਣੇ ਨੇ। ਗੋਲੀਆਂ ਚੱਲਣ ਤੋਂ ਬਾਅਦ ਪਰਿਵਾਰ ਵੀ ਡਰਿਆ ਹੋਇਆ ਹੈ ਤੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਹਮਲਾਵਰਾਂ ਨੂੰ ਫੜ ਲਿਆ ਜਾਏਗਾ। ਇਹ ਮਾਮਲਾ ਫਿਲੌਰ ਸ਼ਹਿਰ ਤੋਂ ਸਾਹਮਣੇ ਆਇਆ ਹੈ। ਫਿਲੌਰ ਸ਼ਹਿਰ ਦੇ ਹੀ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਰਾਤ ਵੇਲੇ ਇਹ ਹਮਲਾਵਰ ਆਉਂਦੇ ਨੇ, ਕਾਰ ਦੇ ਵਿੱਚ ਸਵਾਰ ਹੋ ਕੇ ਗੇਟ ਦੇ ਬਾਹਰ ਗੱਡੀ ਰੋਕਦੇ ਨੇ, ਗੋਲੀਆਂ ਚਲਾਉਂਦੇ ਨੇ ਤੇ ਫਿਰ ਫਰਾਰ ਹੋ ਜਾਂਦੇ ਨੇ। ਗਨੀਮਤ ਰਹੀ ਕਿ ਗੋਲੀ ਕਿਸੇ ਨੂੰ ਲੱਗੀ ਨਹੀਂ। ਅੰਦਰ ਮਾਵਾਂ ਧੀਆਂ ਸੁੱਤੀਆਂ ਹੋਈਆਂ ਸਨ ਤੇ ਇਸ ਘਰ ਦਾ ਜਵਾਨ ਪੁੱਤ ਜੋ ਕਿ ਅਮਰੀਕਾ ਗਿਆ ਹੋਇਆ ਹੈ ਮਿਹਨਤ ਕਰ ਰਿਹਾ ਹੈ, ਜਿੱਥੇ ਉਸਦੀ ਮਿਹਨਤ ਦੀ ਕਮਾਈ ਵੀ ਕੰਪਨੀ ਦੇ ਵੱਲੋਂ ਨਹੀਂ ਦਿੱਤੀ ਗਈ। $8,000 ਦੱਸਿਆ ਜਾ ਰਿਹਾ ਹੈ ਜੋ ਕਿ ਉਸ ਨੌਜਵਾਨ ਨੇ ਕੰਪਨੀ ਤੋਂ ਲੈਣਾ ਹੈ, ਜੋ ਉਸਨੂੰ ਨਹੀਂ ਦਿੱਤਾ ਜਾ ਰਿਹਾ ਤੇ ਇਸੇ ਲਈ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ, ਪੋਸਟ ਕੀਤੀ ਗਈ ਅਤੇ ਉਸਨੂੰ ਧਮਕੀਆਂ ਵੀ ਮਿਲਣ ਲੱਗੀਆਂ। ਉਸ ਤੋਂ ਬਾਅਦ ਇੱਥੇ ਪੰਜਾਬ 'ਚ ਉਸਦੇ ਪਰਿਵਾਰ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਫਿਰ ਹੁਣ ਹਮਲੇ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਨਾ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੈਂ ਤੁਹਾਡਾ ਤੇ ਕੀ ਗੱਲਬਾਤ ਹੋਈ ਆ? ਮੇਰਾ ਨਾਮ ਨੀਰਜ ਸੀ। ਹਾਂਜੀ ਹਾਂਜੀ। ਤੇ ਉਹ ਮੇਰਾ ਬੇਟਾ ਬਾਹਰ ਕੰਮ ਕਰਦਾ ਸੀ USA। ਹਾਂਜੀ। ਤੇ ਉਹਦੇ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਕੰਪਨੀ ਵਾਲਿਆਂ ਨੇ ਉਹਨੂੰ ਪੈਸੇ ਨਹੀਂ ਦਿੱਤੇ। ਠੀਕ ਹੈ। $8,000। ਠੀਕ ਹੈ। ਤੇ ਉਹਦੇ ਵਿਸ਼ੇ ਵਿੱਚ ਉਹ ਬੰਦੇ ਸਾਡੇ ਅਨੁਸਾਰ ਤੇ ਦੋ ਬੰਦੇ ਸਾਡੇ ਘਰ ਆਏ ਤੇ ਉਹ ਸਾਨੂੰ ਆ ਕੇ ਕਹਿੰਦੇ ਕਿ ਤੁਸੀਂ ਆਪਣੇ ਬੇਟੇ ਨੂੰ ਫੋਨ ਕਰਕੇ ਕਹੋ ਕਿ ਉਹ ਵੀਡੀਓ ਡਿਲੀਟ ਕਰ ਦਿਓ। ਠੀਕ ਹੈ। ਅਤੇ ਅਸੀਂ ਕਿਹਾ ਵੀ ਇਹਦੇ ਵਿੱਚ ਸਾਡਾ ਤਾਂ ਕੋਈ ਰੌਲਾ ਨਹੀਂ ਹੈਗਾ, ਉਹਨੇ ਕੰਮ ਕੀਤਾ, ਉਹਨੇ ਪੈਸੇ ਲੈਣੇ ਆ। ਠੀਕ ਆ। ਵੀਡੀਓ ਡਿਲੀਟ ਕਰ ਦਊਗਾ, ਤੁਸੀਂ ਉਹਨੂੰ ਪੈਸੇ ਦੇ ਦਿਓ, ਉਹ ਵੀਡੀਓ ਡਿਲੀਟ ਕਰ ਦਿਓ। ਠੀਕ ਆ। ਅਤੇ ਕਹਿੰਦੇ ਕਿ ਤੁਸੀਂ ਗਰੰਟੀ ਲੈਂਦੇ ਆ ਕਿ ਵੀਡੀਓ ਡਿਲੀਟ ਕਰ ਦੇਗੇ? ਮੈਂ ਕਿਹਾ ਹਾਂਜੀ, ਜੇ ਤੁਸੀਂ ਗਰੰਟੀ ਸਾਨੂੰ ਦਿਓ ਕਿ ਅਸੀਂ ਪੈਸੇ ਦਿੰਦੇ ਹਾਂ ਅਤੇ ਉਹ ਮੰਨ ਕੇ ਵੀਡੀਓ ਡਿਲੀਟ ਕਰ ਦਊਗਾ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੰਨ ਕੇ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ, ਕਹਿੰਦੇ ਅਸੀਂ ਪਲੋਟ ਤੋਂ ਆਏ ਹਾਂ। ਅਸੀਂ ਕਿਹਾ ਕਿਹੜੇ ਏਰੀਏ ਤੋਂ ਆਏ ਹਾਂ? ਕਹਿੰਦੇ ਅਸੀਂ ਬੱਸ ਸਟੈਂਡ ਕੋਲੋਂ ਆਏ ਹਾਂ। ਠੀਕ ਹੈ। ਅਤੇ ਅਸੀਂ ਕਿਹਾ ਬੱਸ ਸਟੈਂਡ ਕੋਲ ਤਾਂ ਜ਼ਖੀਰਾ ਪੈਂਦਾ ਵਾ। ਠੀਕ ਹੈ। ਵੀ ਤੁਸੀਂ ਜ਼ਖੀਰੇ 'ਚੋਂ ਆਏ ਹਾਂ? ਉਹ ਕੁਛ ਨਹੀਂ ਬੋਲੇ। ਠੀਕ ਹੈ। ਅਤੇ ਉਸ ਤੋਂ ਬਾਅਦ ਅਸੀਂ ਕਿਹਾ ਕਿ ਮਤਲਬ ਕਿ ਤੁਸੀਂ ਉਹਨਾਂ ਨਾਲੇ ਗੱਲ ਕਰੋ, ਹੈ ਨਾ।
ਅਤੇ ਫਿਰ ਅਸੀਂ ਕਿਹਾ ਕਿ ਮਤਲਬ ਉਹ ਸਾਨੂੰ ਕਹਿਣ ਲੱਗੀ ਕਿ ਤੁਸੀਂ ਵੀਡੀਓ ਡਿਲੀਟ ਕਰ ਦਿਓ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੁਛ ਵੀ ਹੋ ਸਕਦਾ, ਵੀ ਅਸੀਂ ਤੁਹਾਨੂੰ ਬੋਲ ਕੇ ਨਹੀਂ ਕੁਛ ਵੀ ਦੱਸਣਾ ਚਾਹੁੰਦੇ, ਤੁਸੀਂ ਆਪ ਸਮਝਦਾਰ ਹੋ, ਹੈ ਨਾ, ਵੀ ਅਸੀਂ ਆਪਣੇ ਮੂੰਹੋਂ ਨਹੀਂ ਤੁਹਾਨੂੰ ਕੁਛ ਵੀ ਕਹਿਣਾ ਹੈਗਾ, ਠੀਕ ਹੈ, ਤੁਸੀਂ ਆਪ ਸਮਝਦਾਰ ਹੈ, ਆਉਣ ਵਾਲੇ ਸਮੇਂ 'ਚ ਕੁਛ ਵੀ ਹੋ ਸਕਦਾ। ਫਿਰ ਕੀ ਹੋਇਆ ਜੀ? ਫਿਰ ਉਹ ਇੰਨਾ ਗੱਲ ਕਹਿ ਕੇ ਸਾਨੂੰ ਧਮਕਾ ਕੇ ਜਾਣੀ ਕਿ ਚਲੇ ਗਏ, ਅਤੇ ਉਸ ਤੋਂ ਬਾਅਦ ਫਿਰ 24 ਤਰੀਕ ਨੂੰ ਸੁਬਹਾ ਮਤਲਬ ਕਿ ਤੜਕੇ ਜਾਏ 1:30 ਵਜੇ ਜਾਣੀ ਕਿ ਉਹ ਆਏ ਆ, ਅਤੇ ਸਾਨੂੰ ਨਹੀਂ ਪਤਾ ਉਹ ਸੀਗੇ ਜਾਂ ਕੋਈ ਵੀ ਸੀ, ਹੈ ਨਾ, ਅਤੇ ਉਹ ਆਏ ਆ ਕੇ ਗੱਡੀ ਦੇ ਵਿੱਚ ਬੈਠਿਆਂ ਨੇ ਉਹਨਾਂ ਨੇ ਫਾਇਰਿੰਗ ਕੀਤੀਆਂ, 3 ਕੀਤੀਆਂ, ਠੀਕ ਹੈ, 3 ਫਾਇਰਿੰਗ ਕੀਤੀਆਂ ਅਤੇ ਕਰਕੇ ਮਤਲਬ ਕਿ ਉਹ ਚਲੇ ਗਏ। ਅਤੇ ਫਿਰ ਜਦੋਂ ਅਸੀਂ ਮਤਲਬ ਕਿ ਸਾਨੂੰ ਆਵਾਜ਼ ਸੁਣੀ, ਅਸੀਂ ਇਕਦਮ ਉੱਠੇ, ਉੱਠ ਕੇ ਜਦੋਂ ਦੇਖਿਆ ਤਾਂ ਸਾਨੂੰ ਅੰਦਰ ਕੁਛ ਨਹੀਂ ਲੱਗਾ ਹੈਗਾ, ਅਤੇ ਜਦੋਂ ਮੈਂ ਫਿਰ ਬੇਟੀ ਨੂੰ ਕਿਹਾ ਕਿ ਤੂੰ ਆਪਣਾ ਕੈਮਰਾ ਖੋਲ੍ਹ ਕੇ ਦੇਖ ਨਾ, ਅਤੇ ਜਦੋਂ ਬੇਟੀ ਨੇ ਕੈਮਰਾ ਖੋਲ੍ਹਿਆ ਤਾਂ ਸਾਡੇ ਮਤਲਬ ਕਿ ਗੇਟ ਦੇ ਮੂਹਰੇ ਗੱਡੀ ਆ ਕੇ ਖੜ੍ਹਦੀ ਹੈ, ਖੜ੍ਹ ਕੇ ਫਾਇਰਿੰਗ ਕਰਕੇ ਅਤੇ ਉਹ ਚਲੇ ਜਾਂਦੇ ਆ। ਉਸ ਤੋਂ ਬਾਅਦ ਅਸੀਂ 112 ਨੰਬਰ 'ਤੇ ਕਾਲ ਕੀਤਾ ਅਤੇ ਉਹਨਾਂ ਨੇ ਪੁਲਿਸ ਭੇਜੀ, ਪੁਲਿਸ ਮੌਕੇ 'ਤੇ ਆਈ ਅਤੇ ਅਸੀਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਸਾਰਿਆਂ ਨੂੰ ਕਾਲ ਕੀਤੀ, ਸਾਰੇ ਆਂਢੀ ਗੁਆਂਢੀ ਆ ਗਏ। ਕੀ ਪ੍ਰਸ਼ਾਸਨ ਆ ਗਿਆ? ਹਾਂਜੀ ਆ ਗਏ। ਕੀ ਗੱਲਬਾਤ ਸੁਣੀ ਗਈ ਤੁਹਾਡੀ? ਹਾਂਜੀ ਸੁਣੀ, ਪਰ ਸਾਨੂੰ ਨਾ ਕੋਈ ਮਤਲਬ ਕਿ ਬੈਨੀਫਿਟ ਇੰਨਾ ਮਿਲਿਆ ਨਹੀਂ ਹੈਗਾ ਜਿੱਦਾਂ ਸਾਨੂੰ 3-4 ਦਿਨ ਬਾਅਦ ਦਿਨ ਅੱਜ ਕਿੰਨੀ ਤਰੀਕ ਹੋ ਗਈ, ਸਾਨੂੰ ਅੱਜ FRI ਕਾਪੀ ਮਿਲੀ ਹੈ, ਜਦਕਿ ਅਸੀਂ ਥੋੜ੍ਹਾ ਜ਼ੋਰ ਦੇ ਨਾਲ ਕੀ ਮੰਗ ਕਰਦੇ ਹਾਂ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਠੀਕ ਹੈ, ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ। ਮੈਂ ਸਰਦਾਰ ਲਖਵੀਰ ਸਿੰਘ ਲੱਖਾ, ਹਾਂਜੀ, ਪਿੰਡ ਪਾਂਟੇੜਾ ਗੋਇੰਦਵਾਲ ਤੋਂ। ਹਾਂਜੀ, ਇਹ ਪਹਿਲਾਂ ਪਿੰਡ ਹੈ ਸਾਡੇ, 8-9 ਮੁਹੱਲੇ ਇਕੱਠੇ ਹੁੰਦੇ ਸੀ, ਠੀਕ ਹੈ, ਇੱਥੇ ਦਾ ਮੈਂਬਰ ਜੈਜ ਵੀ ਰਿਹਾ ਹੁਣ ਤਾਂ ਸਾਬਕਾ, ਹਾਂਜੀ, ਬਲੋਕ ਸੰਮਤੀ ਵੀ ਜਿੱਤੀ ਮੇਰੀ ਪਤਨੀ, ਹਾਂਜੀ, ਅਸੀਂ ਉਹ ਵੀ ਸਾਬਕਾ ਹੋ ਗਿਆ, ਹਾਂਜੀ, ਪਰ ਉਹਦੇ ਨਾਤੇ ਇਹ ਲੋਕ ਜਿਹੜੇ ਆ ਸਾਡੇ ਨਾਲ ਬਹੁਤ ਜੁੜੇ ਹੋਏ ਪਹਿਲਾਂ ਤੋਂ, ਠੀਕ ਹੈ ਜੀ, ਜਿੰਨੇ ਵੀ ਹੈਗੇ ਸਾਡਾ ਭਾਈਚਾਰਾ, ਇਸ ਕਰਕੇ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਵਾਰਦਾਤ ਹੋ ਗਈ ਆ, ਠੀਕ ਹੈ, ਇਹਨਾਂ ਦਾ ਬੇਟਾ ਜਿਹੜਾ ਇੱਕ ਅਮਰੀਕਾ ਗਿਆ, ਹਾਂਜੀ, ਉਹਨਾਂ ਨੇ ਕਿਸੇ ਦੀ ਗੱਡੀ ਚਲਾਉਂਦਾ ਸੀ, ਹਾਂਜੀ, ਚਲਾ ਰਿਹਾ ਸੀ, ਹਾਂਜੀ, ਟਰੱਕ ਚਲਾਇਆ 2-4 ਮਹੀਨੇ ਅਤੇ ਉਹਨਾਂ ਨੇ ਉਹਨੂੰ ਪੇਮੈਂਟ ਨਹੀਂ ਦਿੱਤੀ, ਠੀਕ ਹੈ ਜੀ, ਉਹ ਘੱਟ ਤੋਂ ਘੱਟ ਵੀ 1 ਮਿੰਟ ਪੇਮੈਂਟ ਨਹੀਂ ਦਿੱਤੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਗੱਡੀ ਦੀ, ਉਹਨਾਂ ਦੇ ਹੋਰ ਕਿਸੇ ਚੀਜ਼ ਦੀ ਵੀਡੀਓ ਬਣਾ ਕੇ ਟਿਕਟੋਕ 'ਤੇ ਚਾੜ ਦਿੱਤੀ, ਠੀਕ ਹੈ, ਉਹਦੇ ਸੰਬੰਧ ਵਿੱਚ ਫਿਰ ਥੋੜ੍ਹੇ ਦਿਨ ਹੋਏ ਆ ਅਤੇ ਉਹ 2 ਬੰਦੇ ਇੱਥੇ ਆਏ, ਠੀਕ ਹੈ ਜੀ, ਇੱਥੇ ਬੀਬੀਆਂ ਸੀਗੀਆਂ ਸਾਡੀਆਂ 10-12 ਵਾਰ ਮੌਤ ਹੋਈ ਹੋਈ ਸੀ, ਹਾਂਜੀ, ਖਾਦੇ ਪਕਾਰੀਆਂ ਸੀ, ਠੀਕ ਹੈ, ਉਹ ਆਏ ਅੰਦਰ ਅਤੇ ਉਹਨਾਂ ਕੋਲ ਇੱਕ ਡੱਬਾ ਸੀ, ਡੱਬਾ ਇਹਨਾਂ ਨੇ ਦੇਖਿਆ ਅਤੇ ਮੁੜ ਕੇ ਜਦ ਦੇਖਿਆ ਬੀਬੀਆਂ ਤੋਂ ਚੁੱਪ ਕਰ ਗਿਆ, ਹਾਂਜੀ, ਅੰਦਰ ਸੀ ਮਾਮਾ ਧੀਆਂ, ਹਾਂਜੀ, ਇਹਨਾਂ ਨੂੰ ਬਿਠਾ ਕੇ ਕਹਿਣ ਲੱਗੇ ਸਾਡੀ ਜਦ ਜਿਹੜੀ ਉੱਥੇ ਉਹਨਾਂ ਨੇ ਵੀਡੀਓ ਟਿਕਟ ਉੱਤੇ ਚੜ੍ਹਾਈ ਆ, ਹਾਂਜੀ, ਉਹਨੂੰ ਡੀਲ ਕਰਾ ਦਿਓ, ਹਾਂਜੀ, ਨਹੀਂ ਤਾਂ ਤੁਹਾਡਾ ਦੇਖੋ ਕੀ ਹਾਲ ਕਰ, ਠੀਕ ਹੈ ਜੀ, ਇੰਨੀ ਗੱਲ ਕਹਿ ਕੇ ਉਹ ਚਲੇ ਗਏ, ਹਾਂਜੀ, ਕਹਿੰਦੇ ਅਸੀਂ ਆਵਾਂਗੇ, ਉਹ ਫੇਰ ਆਏ ਅਤੇ ਇੱਥੇ ਉਹਨਾਂ ਨੇ ਦੇਖਿਆ, ਫੇਰ ਇੱਥੇ ਸੀਗੇ ਬੰਦੇ, ਉਹਨਾਂ ਨੇ ਇੱਥੇ ਫੇਰ ਮਾਰੇ ਆ, 3 ਟਾਇਰ ਮਾਰੇ ਆ, ਠੀਕ ਹੈ, 2 ਹੋਰ ਖਰਿਆ ਪੁਲਿਸ ਨੂੰ ਮਿਲ ਗਏ ਆ, ਹਾਂਜੀ, ਉਹ ਇਹ ਕਹਿੰਦੇ ਆ ਸਾਡੀਆਂ ਬੀਬੀਆਂ ਇਕੱਲੀਆਂ ਮਾਮਾ ਵੀ, ਹਾਂਜੀ, ਅਤੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ, ਇਹਨਾਂ ਦੀ ਸੇਫਟੀ ਵਾਸਤੇ ਜਿੰਨੇ ਦਿਨ। ਕੀ ਲੇਡੀਜ਼ ਇਹ ਇਕੱਲੀਆਂ ਰਹਿ ਰਹੀਆਂ? ਹਾਂਜੀ, ਇਕੱਲੀਆਂ। ਕੀ ਨਾਂ ਇਹਨਾਂ ਦਾ? ਇਹਨਾਂ ਦਾ ਨਾਮ ਤਾਂ ਮੈਂ ਨਹੀਂ ਜਾਣਦਾ, ਜੱਸਲ ਪਰਿਵਾਰ, ਜੱਸਲ ਪਰਿਵਾਰ, ਨੀਰੂ ਜੱਸਲ, ਹਾਂਜੀ, ਜੱਸਲ ਪਰਿਵਾਰ, ਹਾਂਜੀ, ਬਾਹਲੇ ਅਸੀਂ ਨਾਮ ਆਉਂਦੇ ਨਹੀਂ ਵਾਕਬ, ਹਾਂਜੀ, ਇਸ ਕਰਕੇ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾਵੇ ਪੁਲਿਸ ਦੀ, ਹਾਂਜੀ, ਕੋਈ ਨਾ ਕੋਈ ਮੁਲਾਜ਼ਮ ਦਿੱਤਾ ਜਾਵੇ, ਹਾਂਜੀ, ਇਹ ਆਪਣਾ ਕੀ ਪ੍ਰਸ਼ਾਸਨ ਦੀ ਕੀ ਕਾਰਗੁਜ਼ਾਰੀ ਆ? ਉਹ ਕਰਦੇ ਤਾਂ ਵਧੀਆ ਸੀਗੇ, ਉਹਨਾਂ ਨੇ FRI ਵੀ ਕੱਢ ਦਿੱਤੀ ਆ, ਹਾਂਜੀ, ਹੁਣ ਗਾਂਹ ਵਾਲੀ ਅਸੀਂ ਇਹ ਮੰਗ ਕਰ ਰਹੇ ਹਾਂ, ਹਾਂਜੀ, ਵੀ ਇਹਨਾਂ ਨੂੰ ਮੁਲਾਜ਼ਮ ਦਿੱਤਾ। ਇਹ ਨੀਰੂ ਜੱਸਲ ਅਤੇ ਉਸ ਦੀ ਬੇਟੀ ਕੋਮਲ ਜੱਸਲ ਜੋ ਅਕਲਪੁਰ ਰੋਡ ਫਲੋਰ
ਪੰਜ ਢੇਰਾ ਏਰੀਏ ਦੇ ਵਿੱਚ ਰਹਿੰਦੇ ਨੇ, ਜਿਹਨਾਂ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਵਾਈ ਕਿ ਉਹਨਾਂ ਦੇ ਘਰ 'ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ, ਜਿਹਨਾਂ ਨੇ ਸੀ ਸੀ ਟੀ ਵੀ ਵਿੱਚ ਵੇਖਿਆ, ਜਿਸ ਨੂੰ ਅਸੀਂ ਜੋ ਫੌਰੀ ਤੌਰ 'ਤੇ ਮੌਕੇ 'ਤੇ ਜਾ ਕੇ ਮੈਂ ਅਤੇ ਡੀ ਐੱਸ ਪੀ ਸਾਹਿਬ ਅਤੇ ਸਾਡੀਆਂ ਹੋਰ ਪੁਲਿਸ ਪਾਰਟੀਆਂ ਨੇ, ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੀਰੂ ਜੱਸਲ ਦਾ ਬੇਟਾ ਯੋਗੇਸ਼ ਜੱਸਲ ਯੂ ਐੱਸ ਏ ਵਿੱਚ ਮਿਸ਼ੀਗਨ ਦੇ ਵਿੱਚ ਸੁਖਵੀਰ ਭੁੱਲਰ ਵਾਸੀ ਪਿੰਡ ਭੁੱਲਰ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੀ ਟਰੱਕ ਡਰਾਈਵਰੀ ਕਰਦਾ ਹੈ, ਜਿਸ ਨੇ ਉਹਦਾ $8,000 ਉਹਦਾ ਤਨਖਾਹ ਨਹੀਂ ਸੀ ਦਿੱਤੀ, ਜਿਸ ਤੋਂ ਉਸ ਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ 'ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਭੋਲੇ ਭਾਲੇ ਟਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ, ਜਿਸ 'ਤੇ ਉਹਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਤੇਰੇ ਇਸ 'ਤੇ ਪਰਿਵਾਰ ਨੂੰ ਸਿੱਟੇ ਭੁਗਤਣੇ ਪੈਣਗੇ, ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲਰ ਆ ਉਸਨੇ ਹੀ ਸਾਡੇ ਘਰ ਦੇ ਉੱਤੇ ਜੋ ਬੰਦੇ ਭੇਜ ਕੇ ਪਹਾੜੇ ਦੇ ਦੋ ਅਣਪਛਾਤੇ ਉਹਨਾਂ ਤੋਂ ਵਾਰਦਾਤ ਕਰਵਾਈ ਆ, ਜਿਸ ਨੂੰ ਅਸੀਂ ਟਰੇਸ ਕਰ ਲਿਆ, ਸੁਖਵੀਰ ਸਿੰਘ ਭੁੱਲਰ ਦੇ ਖਿਲਾਫ਼ ਜੋ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਉਹਦੇ ਸਾਥੀ ਨੇ ਅਣਪਛਾਤੇ ਭੇਜੇ ਗਏ ਨੇ ਉਹਨਾਂ ਨੂੰ ਵੀ ਜਲਦੀ ਟਰੇਸ ਕੀਤਾ ਜਾ ਰਿਹਾ। ਸਰ ਗ੍ਰਿਫਤਾਰੀ ਹੋਈ ਸਰ ਇਹ 'ਚ ਕੋਈ? ਨਹੀਂ, ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ, ਅਸੀਂ ਜਲਦੀ ਇਹਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਵਾਂਗੇ। ਕਿੰਨੇ ਫਾਇਰ ਹੋਏ? ਉਹਨਾਂ ਦੱਸਣ ਮੁਤਾਬਕ 3 ਫਾਇਰ ਹੋਏ ਨੇ, ਜੋ ਸਾਡੀ ਤਹਿਕੀਕਾਤ ਮੁਤਾਬਕ 2 ਫਾਇਰ ਹੋਏ। ਹਾਂਜੀ, 2 ਖੋਲ ਮਿਲੇ ਨੇ।